ਨਿਊਜ਼ ਪੰਜਾਬ ਦੀ ਵੈੱਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ। ਅੱਜ ਪਿੰਡ ਲੋਹਾਰਾ ਵਿੱਚ ਮਹਾਨ ਤਿਆਗੀ ਵਿਦਾਇਤੀ ਸ਼੍ਰੀ ਮਾਨ ਸੰਤ ਮਹੇਸ਼ ਮੁਨੀ ਜੀ ਬੋਰੇ ਵਾਲਿਆਂ ਦੀ ਸਾਲਾਨਾ ਬਰਸੀ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਈ ਗਈ। ਇਸ ਸਮੇਂ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ, ਜਿਸ ਵਿੱਚ ਸੇਵਾਦਾਰਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ। ਨਿਊਜ਼ ਪੰਜਾਬ ਦੀ ਵੈੱਬ ਟੀਵੀ ਤੋਂ ਜਗਰਾਜ ਲੋਹਾਰਾ ਦੀ ਖਾਸ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਅੱਜ ਦਾ ਇਹ ਸਾਲਾਨਾ ਸਮਾਗਮ, ਸਾਲਾਨਾ ਜੋੜ ਮੇਲਾ ਸੰਤ ਸਵਾਮੀ ਮਹੇਸ਼ ਮੁਨੀ ਜੀ ਮਹਾਂਪੁਰਖ ਬੋਰੇ ਵਾਲੇ ਸੰਤਾਂ ਦੀ ਬਰਸੀ ਨੂੰ ਸਮਰਪਿਤ ਸਾਰੇ ਨਗਰ ਦੇ ਨੌਜਵਾਨਾਂ ਵੱਲੋਂ ਨਗਰ ਪੰਚਾਇਤ ਸਰਬੱਤ ਮਾਈ ਭਾਈ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਬਾਬਾ ਜੀ ਸਾਰਿਆਂ ਨੇ ਰਲ ਮਿਲ ਕੇ ਭਾਈ ਮਨਾਉਣਾ ਕੀਤਾ ਹੈ। ਜੋ ਅੰਮ੍ਰਿਤ ਵੇਲੇ ਤੋਂ ਮਹਾਰਾਜ ਦੀ ਰੱਬੀ ਬਾਣੀ ਦੇ ਭੋਗ ਪਾਏ ਗਏ, ਖੁੱਲ੍ਹੇ ਪੰਡਾਲਾਂ ਵਿੱਚ ਮਹਾਰਾਜ ਦਾ ਪ੍ਰਕਾਸ਼ਮਾਨ ਹੋਇਆ, ਵੱਡੀ ਵੱਡੀ ਗਿਣਤੀ ਵਿੱਚ ਮਾਈ ਭਾਈ ਸੰਗਤਾਂ ਮਹਾਰਾਜ ਦੇ ਚਰਨਾਂ 'ਚ ਪਹੁੰਚ ਕੇ ਖੁਸ਼ੀਆਂ ਲੈ ਰਹੀਆਂ ਨੇ। ਇਹੀ ਅਰਦਾਸ ਮਹਾਰਾਜ ਦੇ ਚਰਨਾਂ 'ਚ ਕਿ ਸੱਚੇ ਪਾਤਸ਼ਾਹ ਲੋਹਾਰਾ ਨਗਰ ਦੀ ਸੰਗਤ ਵਿੱਚ ਏਕਾ ਥਬਾਕ ਭਰੋਸਾ ਰੱਖਿਓ। ਸਾਧੂ ਦੀ ਪਰਿਭਾਸ਼ਾ ਕੀ ਹੈ? ਉਸ ਤੋਂ ਪਹਿਲਾਂ ਸਤਿਗੁਰੂ ਦੀ ਬਖਸ਼ਿਸ਼ ਕਿਰਪਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਉਹ ਦੌਰ ਆਈਏ ਰਸਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਪਿੰਡ ਲੋਹਾਰਾ ਦੇ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਦੇ ਹੇਠ ਗੁਰਦੁਆਰਾ ਦੁਸਾਂਝ ਪੱਤੀ ਵਿਖੇ ਮਹੇਸ਼ ਮੁਨੀ ਜੀ, ਸਵਾਮੀ ਮਹੇਸ਼ ਮੁਨੀ ਬੋਰੇ ਵਾਲੇ ਮਹਾਂਪੁਰਸ਼ਾਂ ਦੀ ਸਾਲਾਨਾ ਜਿਹੜੀ ਯਾਦ ਮਨਾਈ ਜਾਂਦੀ ਆ, ਨਗਰ ਨਿਵਾਸੀ ਸੰਗਤਾਂ ਇਲਾਕੇ ਦੀਆਂ ਸੰਗਤਾਂ ਨੇ ਰਲ ਮਿਲ ਕੇ ਉਹਨਾਂ ਦੀ ਯਾਦ ਮਨਾਈ ਗਈ ਆ। ਅੱਜ ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਕੀ ਬਾਣੀ ਦੇ ਜਾਪ ਦੇ ਭੋਗ ਪਾਏ ਗਏ। ਉਸ ਤੋਂ ਉਪਰੰਤ ਖੁੱਲ੍ਹੇ ਪੰਡਾਲ ਦੇ ਵਿੱਚ, ਜੋ ਇੱਥੇ ਪੰਡਾਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਭਵ ਤਰੀਕੇ ਦੇ ਨਾਲ ਸਜਾਇਆ ਗਿਆ ਹੈ, ਉਹਦੇ ਵਿੱਚ ਮਹਾਰਾਜ ਦੇ ਸਰੂਪ ਨੂੰ ਪ੍ਰਕਾਸ਼ ਕਰਕੇ ਉੱਥੇ ਦਿਨ ਦੇ ਦੀਵਾਨ ਸਜਾਏ ਗਏ, ਜਿਸ ਵਿੱਚ ਜਿਹੜੇ ਮਹਾਂਪੁਰਸ਼ ਬੀੜ ਸਿੱਖਾਂ ਵਾਲੀ ਤੋਂ ਬਾਬਾ ਜੀ ਮਲਕੀਤ ਦਾਸ ਜੀ ਗਊਸ਼ਾਲਾ ਵਾਲੇ, ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਇੱਥੇ ਆ ਕੇ ਹਾਜ਼ਰੀਆਂ ਭਰੀਆਂ, ਅਤੇ ਨਾਲ ਹੀ ਸਾਡੇ ਲੰਗਿਆਣੇ ਤੋਂ ਭਾਈ ਇਕਬਾਲ ਸਿੰਘ ਜੀ, ਉਹਨਾਂ ਨੇ ਆਪਣੀ ਰਸਨਾ ਤੋਂ ਰਾਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਇਤਿਹਾਸ ਦੇ ਨਾਲ ਜੋੜਿਆ ਹੈ। ਹੁਣ ਸਾਡੇ ਇੱਥੋਂ ਦੇ ਬਾਬਾ ਆਨੰਦ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ, ਉਹ ਹਾਜ਼ਰੀਆਂ ਭਰ ਰਹੇ ਆ, ਸਮਾਗਮ ਚੱਲ ਰਿਹਾ ਹੈ।
ਸਵੇਰ ਤੋਂ ਲੈ ਕੇ ਹੁਣ ਤੱਕ ਬੇਅੰਤ ਸੰਗਤਾਂ ਇੱਥੇ ਨਮਸਤਕ ਹੋ ਕੇ ਮਹਾਂਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਆਪਣਾ ਜੀਵਨ ਸਫਲਾ ਬਣਾ ਰਹੀਆਂ ਹਨ। ਇਨੀ ਗੁਰਹਾਜ਼ਰੀ ਨੂੰ ਪ੍ਰਵਾਨ ਕਰਦੇ ਨੇ ਅਸਲ ਵਿੱਚ ਕਥਾ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਹੋਈਆਂ ਪਿੰਡਾਂ ਦੀ ਖਿਮਾ ਉਹ ਅਨੰਦ ਸਿੰਘ ਦੇ